ਖਬਰੇ ਹੁਸ਼ਿਆਰਪੁਰ ਦੀ ਗ੍ਰੀਨ ਐਵੀਨਿਊ ਕਲੋਨੀ ਤੋਂ ਹੈ, ਜਿੱਥੇ ਕਿ ਬੀਤੇ ਦਿਨ ਦਿਹਾੜੇ ਸਿਖਰ ਦੁਪਹਿਰੀ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ। ਪਰੰਤੂ ਬਹੁਤ ਹੈਰਾਨੀ ਦੀ ਗੱਲ ਹੈ ਕਿ ਚੋਰਾਂ ਵੱਲੋਂ ਇਸ ਵਾਰਦਾਤ ਨੂੰ ਮਹਿਜ਼ 10 ਕੁ ਮਿੰਟ ਦੇ ਕਰੀਬ ਸਮੇਂ 'ਚ ਹੀ ਅੰਜਾਮ ਦੇ ਦਿੱਤਾ ਗਿਆ ਅਤੇ ਘਰ 'ਚੋਂ ਸੋਨੇ ਦੇ ਗਹਿਣੇ ਅਤੇ ਹਜ਼ਾਰਾਂ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ, ਜਿਸ ਕਾਰਨ ਪਰਿਵਾਰ ਦਾ 8 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ। ਘਟਨਾ ਤੋਂ ਬਾਅਦ ਥਾਣਾ ਮਾਡਲ ਟਾਊਨ ਦੀ ਪੁਲਿਸ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਪਰਿਵਾਰ ਨੂੰ ਭਰੋਸਾ ਦਵਾਇਆ ਕਿ ਉਹ ਚੋਰਾਂ ਨੂੰ ਜਲਦ ਕਾਬੂ ਕਰ ਲੈਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਬੀਤੇ ਕੱਲ੍ਹ ਦੁਪਹਿਰ ਕਰੀਬ 1 ਵਜੇ ਉਸਦੇ ਪਰਿਵਾਰਕ ਮੈਂਬਰ ਗੁਆਂਢ 'ਚ ਹੀ ਰਹਿੰਦੇ ਆਪਣੇ ਰਿਸ਼ਤੇਦਾਰ ਦੇ ਘਰ ਕੁਝ ਸਮਾਨ ਲੈਣ ਲਈ ਗਏ ਸੀ ਅਤੇ ਮਹਿਜ਼ 8 ਤੋਂ 10 ਮਿੰਟਾਂ ਦੇ ਸਮੇਂ ਦੌਰਾਨ ਹੀ ਵਾਪਸ ਘਰ ਪਰਤ ਆਏ। ਪਰੰਤੂ ਜਦੋਂ ਘਰ ਵਾਪਸ ਆਏ ਤਾਂ ਕਮਰਿਆਂ ਅੰਦਰਲਾ ਸਮਾਨ ਖਿਲਰਿਆ ਪਿਆ ਸੀ ਅਤੇ ਘਰ ਦੀ ਅਲਮਾਰੀ ਦੀ ਵੀ ਭੰਨ ਤੋੜ ਕਰਕੇ ਚੋਰ ਅਲਮਾਰੀ 'ਚੋਂ ਸੋਨੇ ਦੇ ਗਹਿਣੇ ਅਤੇ 30,000 ਰੁਪਏ ਦੀ ਨਕਦੀ ਲੈ ਗਏ। ਉਹਨਾਂ ਦੱਸਿਆ ਕਿ ਇਸ ਚੋਰੀ ਦੀ ਘਟਨਾ ਨਾਲ ਉਹਨਾਂ ਦਾ 8 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ। ਇਸ ਮੌਕੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਉਹਨਾਂ ਦਾ ਸਮਾਨ ਬਰਾਮਦ ਕਰਵਾਇਆ ਜਾਵੇ। ਹੁਸ਼ਿਆਰਪੁਰ ਦੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਸਰ, ਕਿਆ ਨਾਮ ਹੈ ਤੁਹਾਡਾ? ਮੇਰਾ ਨਾਮ ਪ੍ਰਦੀਪ ਕੁਮਾਰ ਜੀ। ਪ੍ਰਦੀਪ ਜੀ, ਕਿਹੜਾ ਮੁਹੱਲਾ ਹੈ? ਇਹ ਗ੍ਰੀਨ ਐਵਨਿਊ ਕਲੋਨੀ ਹੈ ਜੀ। ਠੀਕ ਹੈ ਜੀ, ਇਹ ਕੀ ਗੱਲਬਾਤ ਹੋਈ ਹੈ, ਘਰ ਦੇ ਵਿੱਚ ਚੋਰੀ ਹੋਈ ਹੈ, ਕਿਸ ਤਰ੍ਹਾਂ ਹੋਈ ਹੈ ਜੀ? ਚੋਰੀ ਭਾਅ ਜੀ ਕੱਲ੍ਹ ਦੁਪਹਿਰੇ 1-1.5 ਵਜੇ ਦੇ ਵਿੱਚ ਘਰ ਦੇ ਘਰੇ ਸੀਗੇ ਉਹ, ਆਪਣਾ ਇੱਧਰ ਇੱਕ ਹੋਰ ਘਰ ਆਪਣੇ ਚਾਚੇ ਦਾ, ਅਤੇ ਘਰ ਦੇ ਉੱਧਰੋਂ ਜਸਟ 5 ਮਿੰਟ ਲਈ ਆਪਣੀ ਫਰਨੈਲ ਲੈਣ ਗਏ ਸੀਗੇ। 5 ਜਾਂ 10 ਮਿੰਟ ਲੱਗੇ ਹੋਣੇ ਆ, ਉਹੀ 10 ਮਿੰਟ 'ਚ ਉੱਪਰਲਾ ਬੂਹਾ ਖੁੱਲ੍ਹਾ ਰਹਿ ਗਿਆ, ਪਿੱਛੋਂ ਦੀ ਪੰਨੀ ਬੜੇ ਆ, ਕਿੱਧਰ ਦੀ ਬੜੇ ਆ, ਇੰਨਾ ਨਹੀਂ ਸਾਨੂੰ ਪਤਾ। ਉੱਪਰ ਦੀ ਵੜਕੇ ਅਤੇ ਉਹ ਜਿੱਦਾਂ ਉਹ 10 ਮਿੰਟ 'ਚ ਜਾ ਸਾਰਾ ਕੁਛ ਕਰਕੇ ਚਲ ਗਏ ਜੀ। ਕਿੰਨਾ ਕੁ ਨੁਕਸਾਨ ਹੋਇਆ ਭਾਅ ਜੀ? 8-9 ਲੱਖ ਦਾ। ਕੀ ਲੈ ਗਏ? 7-8 ਲੱਖ ਦਾ। ਭਾਬੀ ਦੇ ਗਹਿਣੇ ਸੀ ਭਾਅ ਜੀ ਸਾਰੇ, 8-9 ਮੂੰਦੀਆਂ ਸੀ ਸਾਰੀਆਂ, ਜੋ ਪਾਉਂਦੇ ਉਹ ਲਾ ਕੇ ਰੱਖਿਆ ਸੀਗਾ ਵਿਆਹ ਲਈ, ਜਾਣੀ ਕਿ ਲਿਆਉਂਦਾ ਸੀ ਸੋਨਾ, ਸਾਰਾ ਲੋਕਰ 'ਚ ਹੀ ਪਿਆ ਸੀਗਾ, ਸਾਡੇ ਵਿਆਹ ਘਰ ਦੋ ਉਹਦੇ ਕਰਕੇ ਰੱਖਿਆ ਸੀ, ਸਾਰਾ ਹੀ ਸੋਨਾ ਲੈ ਗਿਆ। ਭਾਬੀ ਦੇ ਜੋ ਸੀਗੇ ਵਿਆਹ ਦੇ ਸਾਰੇ ਸੈੱਟ ਸੁੱਟ, ਕਾਕੇ ਦੀ ਚੈਨ ਚੂਨ, ਭਾਈ ਦੀਆਂ ਮੁੰਦੀਆਂ ਸਾਰੇ ਲੈ ਗਏ। ਪੈਸੇ ਵੀ ਲੈ ਕੇ? ਪੈਸੇ ਵੀ ਸੀਗੇ, ਵਿਆਹ ਲਈ ਕਢਾਏ ਸੀਗੇ। ਕਿੰਨੇ ਕੁ ਪੈਸੇ ਸੀਗੇ? ਉਹ 30,000 ਸੀਗੇ ਕੈਸ਼ ਜੀ। ਠੀਕ ਹੈ ਜੀ, ਟੋਟਲ 8 ਲੱਖ ਦੇ ਕਰੀਬ ਦਾ ਨੁਕਸਾਨ? ਹਾਂਜੀ, 8 ਲੱਖ। ਥਾਣਾ ਕਿਹੜਾ ਲੱਗਦਾ ਭਾਅ ਜੀ? ਮੋਡਲ ਟਾਊਨ ਜੀ। ਅਤੇ ਸ਼ਿਕਾਇਤ ਦੇ ਦਿੱਤੀ ਸੀ? ਹਾਂਜੀ ਹਾਂਜੀ, ਅੱਜ ਉਹ ਕਰਾਉਣੀ ਹੈ FIR, ਕੀ ਹੁੰਦੀ ਜੀ ਉਹ? ਫਿੰਗਰਪ੍ਰਿੰਟ। ਹਾਂਜੀ, ਉਹ ਆਉਣ ਡੇ। ਆਏ ਸੀਗੇ ਕੱਲ੍ਹ ਵੀ ਮੌਕਾ ਵੇਖਣ? ਹਾਂਜੀ, ਕੱਲ੍ਹ ਮੌਕਾ ਵੇਖਣ ਵੀ ਆਏ ਸੀਗੇ। ਕੀ ਕਹਿੰਦੇ ਸੀਗੇ? ਕਹਿੰਦੇ ਜਿੱਦਾਂ 26 ਜਨਵਰੀ ਥੋੜ੍ਹੇ ਬਿਜ਼ੀ ਸੀਗੇ ਅਤੇ ਅੱਜ ਉਹ ਆਉਣ ਡੇ ਆ, ਉਹਨਾਂ ਦਾ ਫੋਨ ਆਇਆ ਸੀ, ਹੁਣ ਵੀ ਫੋਨ ਆਇਆ ਸੀਗਾ ਕਿ ਅਸੀਂ ਆਉਣ ਡੇ ਹਾਂ। ਕੋਈ CCTV ਵੀ ਵਗੈਰਾ ਹੱਥ 'ਚ ਆਈ ਆ ਕੋਈ ਜਾਂ ਘਰ ਦੇ ਵਿੱਚ? ਨਹੀਂ ਭਾਅ ਜੀ, ਉਹ ਤਾਂ ਕਦੀ ਹੋਇਆ ਨਹੀਂ ਭਾਅ ਜੀ, ਇੱਦਾਂ ਪਹਿਲੀ ਵਾਰੀ ਜਿੱਦਾਂ ਘਰ ਇਕੱਲਾ ਵੀ ਰਹਿੰਦਾ, ਕਦੀ ਹੋਇਆ ਨਹੀਂ ਇੱਦਾਂ। ਪਿਛਲੇ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਤੁਸੀਂ ਇੱਥੇ? 6 ਸਾਲ ਹੋ ਗਏ ਭਾਅ ਜੀ। ਠੀਕ ਹੈ ਜੀ, ਕਿਤੇ ਆਂਢ ਗੁਆਂਢ ਦੇ ਵਿੱਚ CCTV ਹੋਵੇ? ਆਂਢ ਗੁਆਂਢ 'ਚ ਨਹੀਂ ਕਿਤੇ। ਵੈਸੇ ਕੀਤੀ ਲੱਭਣ ਦੀ ਕੋਸ਼ਿਸ਼? ਹਾਂਜੀ, ਇੱਕ ਉਹ ਸਾਹਮਣੇ ਆ, ਉਹ ਅੱਜ ਛੁੱਟੀ ਹੋਣੀ, ਅੱਜ ਉਹਨਾਂ ਦੇ ਦੇਖਾਂਗੇ। ਅਤੇ ਕੋਈ ਕਿਸੇ 'ਤੇ ਸ਼ੱਕ ਵਗੈਰਾ? ਸ਼ੱਕ ਵਗੈਰਾ ਭਾਅ ਜੀ ਕਿਸੇ? ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ? ਵੱਡਾ ਨੁਕਸਾਨ ਹੋਇਆ ਜੀ, ਕੁਛ ਕਰਨ ਭਾਅ ਜੀ? ਮੰਗ ਇਹੀ ਕਰ ਸਕਦੇ ਕਿ ਕੁਛ ਸਾਡੀ ਮਾੜੀ ਮੋਟੀ ਚੀਜ਼ ਲੱਭ ਜਾਵੇ, ਕਿਉਂਕਿ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਸੀਗੀ ਉਹ। ਸਾਡੇ ਭਰਾ ਨੇ ਬਹੁਤ ਬੜਾ, ਮਤਲਬ ਪਤਾ ਜੀ ਤੁਹਾਨੂੰ ਕਿੱਦਾਂ ਚੀਜ਼ਾਂ ਜੁੜਦੀਆਂ ਇਹ, ਤਾਂ ਬਣਦੀਆਂ ਚੀਜ਼ਾਂ, ਨਿੱਕੀ ਜਿਹੀ ਚੀਜ਼ ਨਹੀਂ ਬਣਦੀ ਤਾਂ ਸਾਰਾ ਹੀ ਲੈ ਗਏ ਉਹ।